ਵਾਸਤੇ ਨਿਗਰ ਰੱਖਣੀ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਵਾਜੇ ਕੌਮ ਟੀ ਵੀ ਦੇਖ ਰਹੇ ਸਰੋਤਿਓ, ਸਾਡਾ ਇਹ ਯਤਨ ਹੁੰਦਾ ਕਿ ਜੋ ਵੀ ਕਰੰਟ ਮਸਲੇ ਆਉਂਦੇ ਨੇ, ਜੋ ਵੀ ਨਵੀਂ ਤਾਜ਼ੀ ਕੋਈ ਗੱਲਬਾਤ ਜਿਹੜੀ ਨਿਕਲਦੀ ਆ, ਉਹ ਅਸੀਂ ਆਪ ਜੀ ਤੱਕ ਪਹੁੰਚਾਈਏ, ਔਰ ਉਸ ਦੇ ਵਿੱਚ ਅਸੀਂ ਨਾਲ ਦੀ ਨਾਲ ਹੀ ਜਿਹੜੀਆਂ ਪੰਥ ਦੇ ਵਿੱਚ ਸੰਸਾਰ ਦੇ ਵਿੱਚ ਸ਼ਖਸੀਅਤਾਂ ਵਿੱਚ ਰਹੀਆਂ ਨੇ ਜਾਂ ਜਿਹੜੇ ਸੇਵਾਵਾਂ ਕਰ ਰਹੇ ਨੇ, ਉਹਨਾਂ ਸੱਜਣਾ ਦੇ ਨਾਲ, ਉਹਨਾਂ ਸਿੰਘਾਂ ਦੇ ਨਾਲ ਆਪ ਜੀ ਨੂੰ ਜਿਹੜਾ ਉਹ ਅਸੀਂ ਰੂਬਰੂ ਕਰਾਉਂਦੇ ਰਹਿੰਦੇ ਹਾਂ। ਅੱਜ ਵੀ ਅਸੀਂ ਇੱਕ ਕਰੰਟ ਮਸਲੇ ਦੇ ਉੱਤੇ ਗੱਲਬਾਤ ਕਰਾਂਗੇ, ਔਰ ਨਾਲ ਸਾਡੇ ਸਾਥ ਦੇਣਗੇ ਭਾਈ ਬਸੰਤ ਸਿੰਘ ਜੀ ਪਾਂਝਤ ਆ, ਫਰਾਂਸ ਸਿੱਖ ਕੌਂਸਲ ਦੇ ਜਿਹੜੇ ਪ੍ਰਧਾਨ ਨੇ, ਔਰ ਪੰਥਕ ਸਭਾ ਦੇ ਵਿੱਚ ਜਿਹੜੇ ਉਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਿਚਰਦੇ ਨੇ, ਔਰ ਅੱਜ ਅਸੀਂ ਆਵਾਜ਼ੇ ਕੌਮ ਟੀ ਵੀ ਰਾਹੀਂ ਉਹਨਾਂ ਦੇ ਨਾਲ ਜਿਹੜੀ ਉਹ ਗੱਲਬਾਤ ਕਰਾਂਗੇ। ਅਤੇ ਸਭ ਤੋਂ ਪਹਿਲਾਂ ਮੈਂ ਭਾਈ ਬਸੰਤ ਸਿੰਘ ਜੀ ਪਾਂਝਤ ਆ ਆਪ ਜੀ ਨੂੰ, ਔਰ ਜਿੰਨੀਆਂ ਵੀ ਸੰਗਤਾਂ ਇਸ ਵੇਲੇ ਵਾਜੇ ਕੌਮ ਟੀਵੀ ਦੇ ਨਾਲ ਸਾਡੇ ਨਾਲ ਜੁੜੀਆਂ ਨੇ, ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਇਹ ਭਾਈ ਬਸੰਤ ਸਿੰਘ ਜੀ, ਆਪਾਂ ਅੱਜ ਗੱਲ ਕਰਾਂਗੇ ਜੋ ਪੰਥ ਦੇ ਵਿੱਚ ਜਿਹੜਾ ਸਮਾਂ ਇਸ ਵੇਲੇ ਜਿਹੜਾ ਉਹ ਚੱਲ ਰਿਹਾ ਵਾ, ਜੋ ਕਿ ਕਈ ਵਾਰੀ ਪ੍ਰਚਾਰਕਾਂ ਦੇ ਜਿਹੜੇ ਆਪਸ ਵਿੱਚ ਟਕਰਾਅ ਹੋ ਰਹੇ ਨੇ, ਜਾਂ ਇੱਦਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਵੀ ਜਿਹੜੇ ਸਾਡੇ ਸਿਧਾਂਤ ਨੇ, ਜਿਹੜੇ ਸਾਡੇ ਸਰੋਤ ਨੇ, ਜਾਂ ਜੋ ਸਾਨੂੰ ਸਤਿਗੁਰ ਸੱਚੇ ਪਾਤਸ਼ਾਹ ਵੱਲੋਂ ਜਿਹੜੀਆਂ ਸਿਧਾਂਤ ਸਾਨੂੰ ਦਿੱਤੇ ਗਏ ਨੇ, ਉਹ 'ਤੇ ਬੜਾ ਕਿਰਿੰਦੂ ਪਰੰਤੂ ਕੀਤਾ ਜਾ ਰਿਹਾ। ਅਤੇ ਕਈ ਵਾਰੀ ਇਹ ਵੀ ਗੱਲ ਉੱਪਰ ਕੇ ਸਾਹਮਣੇ ਆਉਂਦੀ ਹੈ ਵੀ ਪ੍ਰਚਾਰਕ ਹੀ ਆਪਸ ਵਿੱਚ ਲੜ ਰਹੇ ਨੇ, ਇਸ ਵਿਸ਼ੇ ਦੇ ਉੱਤੇ ਆਪ ਜੀ ਕੀ ਕਹਿਣਾ ਚਾਹੁੰਦੇ ਹੋ? ਸਭ ਤੋਂ ਪਹਿਲਾਂ ਕਰਤਾਰ ਸਿੰਘ ਜੀ, ਤੁਹਾਨੂੰ ਤੇ ਤੁਹਾਡੇ ਚੈਨਲ ਨੂੰ ਵੇਖ ਰਹੀਆਂ ਸੱਚੀਆਂ ਸੰਤਾਂ ਨੂੰ ਫਤਿਹ ਬੁਲਾਉਣਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਜਿਵੇਂ ਕਰਤਾਰ ਸਿੰਘ ਜੀ ਨੇ ਦੁਸ਼ਮਣ ਬਾਤ ਕਰੇ ਅਨਹੋਣੀ, ਅੱਜ ਦੁਸ਼ਮਣ ਜਿਹੜਾ ਸਾਡਾ ਨਾ, ਉਹ ਉਹਨੇ ਯਾਨੀ ਕਿ ਭਾਵੇਂ ਕਿ ਸਿੱਖਾਂ ਨੇ ਜਿਹੜੀ ਸਾਡੀ ਕੌਮ ਹੈ ਉਹਨੇ ਆਪਣਾ ਸਾਰਾ ਕੁਝ, ਹਜ਼ਾਰਾਂ ਨੌਜਵਾਨ ਜਿਹੜੇ ਹਰਦੇਵ ਸੂਰ ਜਿਹੜੇ ਸ਼ਹੀਦ ਕਰਵਾ ਕੇ, ਅਕਾਲ ਤਖ਼ਤ ਢਵਾ ਕੇ, ਅਤੇ ਜਿਹੜੇ 20 ਸਦੀ ਦੇ ਮਹਾਨ ਸੰਤ ਜਰਨੈਲ ਸਿੰਘ ਜੀ ਖਾਲਸਾ ਵਾਲੇ ਪਿੰਡਾਂ ਵਾਲੇ ਜਿਹੜੇ ਸ਼ਹਾਦਤ ਦੇ ਗਏ, ਉਹਨਾਂ ਦੇ ਨਾਲ ਅਨੇਕਾਂ ਯੋਧਿਆਂ ਨੇ ਸ਼ਹਾਦਤ ਦਿੱਤੀਆਂ ਜੀ, ਅਤੇ ਸਾਰਾ ਕੁਝ ਉਸ ਲੈਣ ਨੂੰ ਅੱਗੇ ਤੋਰ ਲੜੀ ਨੂੰ ਹੋਰ ਹੰਗਾਰਾ ਦੇਣ ਦੀ ਬਜਾਏ, ਭਾਵੇਂ ਜਿਹੜੇ ਸਾਡੀ ਕੌਮ ਜਿਹੜੀ ਸੀ ਉਹ ਕੁਝ ਓਬੀਅਸਲੀ ਹੋ ਗਈ, ਉਹਨਾਂ ਸੋਚਿਆ ਕਿ ਹੁਣ ਖੁਰੇ ਅਸੀਂ ਹਿੰਦੁਸਤਾਨ ਦੇ ਵਿੱਚ ਬੜੇ ਐਸ਼ੋ ਆਰਾਮ ਦੇ ਨਾਲ ਹੁਣ ਸਾਡੀ ਜ਼ਿੰਦਗੀ ਅਸੀਂ ਜਿਉਲਾਂਗੇ। ਪਰ ਕਪਤਾਨ ਸਿੰਘ ਜੀ ਜਿਹੜਾ ਦੁਸ਼ਮਣ ਹੈ ਉਹਨੇ ਆਪਣਾ ਜਿਹੜਾ ਇੱਕ ਵੀ ਮੌਕਾ ਜਿਹੜਾ ਅਜਾਈ ਨਹੀਂ ਜਾਣ ਦਿੱਤਾ। ਉਹ ਜਿਹੜਾ ਹੈ ਉਹ ਭਾਵੇਂ ਕਿ ਕਾਂਗਰਸ ਸਰਕਾਰ ਹੋਵੇ ਤੇ ਭਾਵੇਂ ਭਾਜਪਾ ਹੋਵੇ ਤੇ ਭਾਵੇਂ ਉੱਥੇ ਸੈਂਟਰ ਵਿੱਚ ਕੋਈ ਵੀ ਹੋਵੇ, ਉਹ ਜਿਹੜੀ ਹੈ ਉਹ ਆਪਣੇ ਜਿਹੜਾ ਉਹਨਾਂ ਦੇ ਏਜੰਡੇ ਨੇ ਉਹ ਏਜੰਡੇ ਦੇ ਕੰਮ ਕਰਦੇ ਨੇ। ਸਾਡੀ ਜਿਹੜੀ ਕੌਮ ਹੈ ਅਸੀਂ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਦੇ ਕੰਮ ਕਰਦੇ ਹਾਂ, ਅਸੀਂ ਇਹਨਾਂ ਵੀ ਦੂਜਾ ਨਾ ਅੱਗੇ ਲੰਘ ਜਾਵੇ ਤੇ ਦੂਜੇ ਦੀ ਜਿਹੜੀ ਗੱਲ ਹੈ, ਭਾਵੇਂ ਕਿ ਸਾਡਾ ਅੱਜ ਸਿੱਖਾਂ ਦੀ ਹਾਲਤ ਉਹ ਹੋ ਚੁੱਕੀ ਹੈ, ਮੈਂ ਤੁਹਾਨੂੰ ਦੱਸ ਦੇਵਾਂ ਥੋੜ੍ਹਾ ਜਿਹਾ ਵੀ ਇੱਕ ਕੋਈ ਬੰਦਾ ਸੀ ਉਹ ਬਾਬੇ ਕਿਸੇ ਕੋਲ ਗਿਆ ਤੇ ਉਹ ਆਂਦਾ ਵੀ ਬਾਬਾ ਜੀ ਵੀ ਸਾਡਾ ਜਿਹੜਾ ਗੁਆਂਢੀ ਹੈ ਨਾ ਉਹ ਬੜਾ ਉਹਦਾ ਥੋੜ੍ਹਾ ਨੁਕਸਾਨ ਕਰੋ, ਉਹ ਆਂਦਾ ਵੀ ਜੇ ਤੂੰ ਆਖੇਗਾ ਨਾ ਵੀ ਗੁਆਂਢੀ ਦੀ ਇੱਕ ਤੇ ਉਹ ਆਂਦਾ ਵੀ ਉਹ ਬੜਾ ਅਮੀਰ ਹੋ ਰਿਹਾ, ਉਹ ਆਂਦਾ ਵੀ ਉਹ ਤੂੰ ਆਹ ਵੀ ਗੁਆਂਢੀ ਦੀ ਇੱਕ ਕੋਠੀ ਬਣ ਜਾਏ ਤੇ ਉਹ ਆਂਦਾ ਵੀ ਤੇਰੀਆਂ ਦੋ ਬਣ ਗਿਆ ਜੀ, ਤੇ ਉਹ ਗੱਲ ਹੈ ਵੀ ਭਾਵੇਂ ਸਾਡੀਆਂ ਜਿਹੜੀਆਂ ਉਹ ਆਂਦਾ ਵੀ ਗੁਆਂਢੀ ਦੀ ਲੱਤ ਟੁੱਟ ਜਾਏ ਤੇ ਉਹਦੀਆਂ ਦੋਵੇਂ ਟੁੱਟ ਗਈਆਂ ਜੀ। ਅੱਜ ਸਾਡੀ ਕੌਮ ਦੀ ਤੇ ਸਾਡੇ ਇਹ ਹਾਲਤ ਹੋ ਚੁੱਕੀ ਵੀ ਅਸੀਂ ਇੱਕ ਦੂਜੇ ਨੂੰ ਥੱਲੇ ਲਾਉਣ ਲਈ ਨਾ, ਭਾਵੇਂ ਕੌਮ ਦਾ ਜਿੰਨਾ ਮਰਜ਼ੀ ਨੁਕਸਾਨ ਹੋ ਜਾਵੇ ਉਹ ਅਸੀਂ ਬਰਦਾਸ਼ਤ ਕਰੀ ਜਾ ਰਹੇ ਹਾਂ, ਪਰ ਅਸੀਂ ਇਹ ਨਹੀਂ ਸੋਚਦੇ ਵੀ ਸਾਡਾ ਅਸਲੀ ਦੁਸ਼ਮਣ ਕੌਣ ਹੈ। ਪਰ ਠੀਕ ਹੈ ਅਸੀਂ ਜਿਹੜੀ ਸਿੱਖ ਕੌਮ ਹੈ, ਸਿੱਖ ਭਰਾ ਭਰਾ ਸਾਰੇ ਕੋਈ ਗੱਲਾਂ ਹੋ ਜਾਂਦੀਆਂ ਨੇ, ਪਰ ਸਾਨੂੰ ਜਿਹੜਾ ਮੇਨ ਨਿਸ਼ਾਨਾ ਉਹਦੇ ਤੋਂ ਅਸੀਂ ਅੱਜ ਸਿੱਖ ਕੌਮ ਜਿਹੜੀ ਭੜਕ ਚੁੱਕੀ ਹੈ, ਜਿਹੜੇ ਸਾਡੇ ਪ੍ਰਚਾਰਕ ਜਥੇਬੰਦੀਆਂ ਨੇ ਉਹ ਵੀ ਭੜਕ ਗਈਆਂ ਨੇ, ਕਿਉਂਕਿ ਉਹਨਾਂ ਦਾ ਇਹ ਕੰਮ ਹੈ ਕਪਤਾਨ ਸਿੰਘ ਜੀ, ਭਾਵੇਂ ਗੱਲ ਜਿਹੜੀ ਮਰਜ਼ੀ ਹੋਵੇ, ਭਾਵੇਂ ਪੰਥ ਦਾ ਕਿੰਨਾ ਵੀ ਨੁਕਸਾਨ ਕਿਉਂ ਨਾ ਕਰਦੀ ਹੋਵੇ,
ਪਰ ਉਹਨਾਂ ਨੇ ਉਹਦੇ ਉੱਤੇ ਆਪਣਾ ਕਮੈਂਟ ਦੇਣੇ ਦੇਣਾ ਕਿਉਂਕਿ ਉਹਦੇ ਉਹਨੇ ਦੂਜੇ ਦੇ ਵਿਰੁੱਧ ਚ ਦੇਣਾ ਜੀ। ਭਾਈ ਬਸੰਤ ਸਿੰਘ ਜੀ ਹੁਣ ਵੀ ਸਿੱਧਾ ਸਿੱਧਾ ਫਾਇਦਾ ਜਿਹੜਾ ਦੁਸ਼ਮਣ ਅੱਜ ਲੈ ਰਿਹਾ ਤੁਸੀਂ ਵੇਖ ਰਹੇ ਹੋ, ਅਜੇ ਆਉਣ ਵਾਲਾ ਜਿਹੜਾ ਸਮਾਂ ਹੈ ਉਹ ਹੋਰ ਵੀ ਜਦੋਂ ਮੈਨੂੰ ਲੱਗਦਾ ਵੀ ਬੜਾ ਖਤਰਨਾਕ ਹੈ ਜੀ। ਭਾਈ ਬਸੰਤ ਸਿੰਘ ਜੀ ਇੱਕ ਹੋਰ ਵੀ ਜਿਹੜੀ ਮਿਸ਼ਨਰੀ ਕਾਲਜ ਲੁਧਿਆਣਾ ਦੀ ਉਹਨਾਂ ਦੀ ਆਪਣੀ ਜਿਹੜੀ ਸੀ ਉਹ ਸੀਕ੍ਰੇਟ ਮੀਟਿੰਗ ਚੱਲ ਰਹੀ ਸੀ ਜਿਹਦੇ 'ਚ ਇੱਕ ਵੀਡੀਓ ਸਾਹਮਣੇ ਆਈ ਆ, ਸਟ੍ਰਿੰਗ ਆਪਰੇਸ਼ਨ ਹੋਇਆ ਵਾ ਜਾਂ ਉਹ ਜਿਹੜੀ ਸਾਹਮਣੇ ਆਈ ਆ, ਅਤੇ ਉਸ ਦੇ ਵਿੱਚ ਵੀ ਭਾਈ ਬਸੰਤ ਸਿੰਘ ਜੀ ਜਿਵੇਂ ਉਹ ਪ੍ਰਿੰਸੀਪਲ ਜਿਹੜਾ ਉਹ ਇਹ ਕਹਿ ਰਿਹਾ ਵੀ ਵੇਖੋ ਭਾਵੇਂ ਤੁਸੀਂ ਗੋਲ ਦਸਤਾਰਾਂ ਬੰਨ ਲਓ, ਚੋਲੇ ਪਾ ਲਓ, ਅਤੇ ਉਹਨਾਂ ਦੇ ਦੂਜਿਆਂ ਦੇ ਵਿੱਚ ਜਾ ਕੇ ਵੜ ਜਾਓ ਅਤੇ ਲਿਬਾਸ ਉਹਨਾਂ ਵਾਲਾ ਪਾ ਲਓ ਅਤੇ ਮਾਲ ਆਪਣਾ ਵੇਚੋ, ਕੀ ਕਹਿਣਾ ਚਾਹੋਗੇ ਉਹਦੇ ਬਾਰੇ? ਅੱਜ ਕੱਲ੍ਹ ਵਹਿਮ ਹੋਈ, ਤੁਸੀਂ ਵੀ ਉਹ ਵੇਖੀ ਹੋਏਗੀ ਵੀ ਕੀ ਇਹ ਕਪਤਾਨ ਸਿੰਘ ਜੀ ਹੁਣ ਸਟਿੰਗ ਦੀ ਤੇ ਕੋਈ ਲੋੜ ਹੀ ਨਹੀਂ ਰਹਿ ਗਈ ਮੇਰੀ ਗੱਲ ਤੋਂ ਜੀ, ਕਿਉਂਕਿ ਆਪਾਂ ਜੇ ਹੁਣ ਸਟਿੰਗ ਉਹਨਾਂ ਦਾ ਉਹਦੇ ਸ਼ਰੇਆਮ ਜਿਹੜਾ ਜੋਇਨਾ ਕੌਮ ਦਾ ਬੇੜਾ ਕਰਕੇ ਕਰਨ ਡੈਣੇ, ਵੇਖੋ ਇੱਕ ਮੇਰੀ ਗੱਲ ਤੋਂ ਹੁਣ ਪਿੱਛੇ ਇੱਕ ਮਿਸ਼ਨਰੀ ਹੈ ਦਿੱਲੀ ਤੋਂ ਬਲਜੀਤ ਸਿੰਘ ਜੀ, ਉਹ ਆਂਦਾ ਵੀ ਜਿਹੜਾ ਗੁਰੂ ਹਰਕ੍ਰਿਸ਼ਨ ਸਾਹਿਬ ਹੈ ਉਹਦੀ ਉਹਨੇ ਤੇ ਇਹੋ ਜਿਹਾ ਕਰਾਮਾਤ ਜਿਹੜੀ ਸਿੱਖ ਕੌਮ ਦੇ ਵਿੱਚ ਹੈ ਹੀ ਨਹੀਂ ਗੀ ਗੁਰੂਆਂ ਦੇ, ਤੇ ਉਹਨੂੰ ਇਹ ਪੁੱਛੇ ਬੰਦਾ ਵੀ ਜਿਹੜਾ ਗੁਰਬਾਣੀ ਦੇ ਵਿੱਚ ਆਉਂਦਾ ਵੀ ਸਤਿਗੁਰ ਮੇਰਾ ਮਾਰਜ ਵਾਲੇ ਜੀ ਪ੍ਰਭ ਭਾਵੈ ਬਿਨ ਸਾਹਸ ਤੇ ਰੱਖ ਕੇ, ਬਿਲਕੁਲ ਜੀ, ਇਹ ਜਿਹੜੀਆਂ ਗੱਲਾਂ ਨੇ ਸਤਿਗੁਰ ਮਾਰ ਕੇ ਜਵਾਲ ਸਕਦਾ ਹੈ ਤੇ ਫਿਰ ਜਿਹੜਾ ਗੁਰੂ ਕੀ ਨਹੀਂ ਕਰ ਸਕਦਾ ਜਿਹੜਾ ਸਮਰੱਥ ਗੁਰੂ ਹੈ ਜੀ। ਇਸ ਕਰਕੇ ਉਹ ਆਂਦਾ ਵੀ ਇਹ ਜਿਹੜੀਆਂ ਕਸਵੱਟੀ ਤੇ ਨਹੀਂ ਪੂਰੀਆਂ ਉਤਰਦੀਆਂ, ਮੈਨੂੰ ਪਤਾ ਨਹੀਂ ਕਿ ਉਹ ਕਿਹੜੀ ਕਸਵੱਟੀ ਤੇ ਗੁਰੂ ਗ੍ਰੰਥ ਸਾਹਿਬ ਜਿਹੜੀਆਂ ਨੇ ਇਹ ਸਾਰੀਆਂ ਗੱਲਾਂ ਜਿਹੜੀਆਂ ਗੁਰੂਆਂ ਦੀਆਂ ਨੇ ਗੁਰੂਆਂ ਵੱਲੋਂ ਗੁਰਬਾਣੀ ਰੱਖੀ ਗਈ ਹੈ ਤੇ ਇਹ ਜਿਹੜੀਆਂ ਗੁਰੂਆਂ ਵੱਲੋਂ ਇਹ ਪੋਤਕ ਕੀਤੇ ਗਏ ਹਨ ਤੇ ਇਸ ਕਰਕੇ ਜਿਹੜੇ ਇਹ ਸਾਰਾ ਕੁਝ ਉਹ ਆਂਦੇ ਨੇ ਉਤਰਦੇ। ਪਰ ਅਸੀਂ ਮੈਨੂੰ ਤੇ ਇੱਥੇ ਦੁੱਖ ਉਦੋਂ ਆਉਂਦਾ ਹੈ ਜਦੋਂ ਜਿਹੜੇ ਸਾਡੇ ਭੁੱਲੜ ਵੀਰ ਜਿਹੜੇ ਮੇਰੇ ਸਾਡੇ ਭਰਾ ਗੁਰਬਾਣੀ ਤੋਂ ਸਿੱਖਣੇ ਤੇ ਜਿਹੜੇ ਵਿਸ਼ਵਾਸ ਤੋਂ ਬਿਨਾਂ ਜਿਹੜੇ ਕਿ ਸਿਰਫ ਉਹ ਅੱਜ ਇੱਕ ਅਖਰੀ ਗਿਆਨ ਤੱਕ ਲੈ ਗਏ ਨੇ ਵੀ ਮੀਡੀਆ ਤੱਕ ਸੀਮਤ ਨੇ, ਉਹ ਜਦੋਂ ਅਸੀਂ ਉਹਨਾਂ ਦੇ ਬੜਾ ਕਰਦੇ ਨਾ ਉਹਨਾਂ ਦੇ ਉਹਦੀ ਗੱਲ ਕਰੋ ਤੇ ਦੂਜਾ ਨਾਲ ਦੀ ਨਾਲ ਹੀ ਉਹ ਭਾਵੇਂ ਉਹਨੂੰ ਪਤਾ ਕਿਸੇ ਗੱਲ ਦੇ ਨਾ ਹੋਵੇ ਉਹ ਇੱਕ ਹੋਰ ਗੱਲ ਅੱਗੇ ਲਿਆ ਕੇ ਤਰ ਦੇਗਾ, ਉਹ ਮੇਰੇ ਭਰਾਵੋ ਸਾਡੇ ਨਾਲ ਤੁਹਾਡੀ ਕੀ ਦੁਸ਼ਮਣੀ ਹੈ? ਤੁਸੀਂ ਗੁਰੂ ਦੇ ਗੁਰੂ ਨਾਲ ਦੁਸ਼ਮਣੀ ਬਣਾ ਕੇ ਉਹਨਾਂ ਗੁਰੂ ਦੋਖੀਆਂ ਦਾ ਸਾਥ ਦੇ ਰਹੇ ਹੋ, ਦੱਸੋ ਹੋਰ ਦੱਸੋ ਕੀ ਕਰੀਏ ਜੀ। ਭਾਈ ਬਸੰਤ ਸਿੰਘ ਜੀ ਜਿਹੜੀ ਮੈਂ ਇੱਕ ਗੱਲ ਕਰ ਰਿਹਾ ਸੀ, ਮੈਂ ਤੁਹਾਡੇ ਕੋਲ ਇਹ ਪੁੱਛਣਾ ਚਾਹੁੰਦਾ ਜਿਹੜੀ ਉਹ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਦੀ ਜਿਹੜੀ ਸਟੇਟਮੈਂਟ ਆਈ ਹੈ ਨਾ, ਉਹਦੀ ਵੀਡੀਓ ਆਈ ਆ, ਉਸ ਦੇ ਵਿੱਚ ਉਹ ਵੀ ਕਹਿ ਰਿਹਾ ਜੋ ਪਿਛਲੇ ਦਿਨਾਂ ਦੇ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਉੱਤੇ ਜਦੋਂ ਹਮਲਾ ਹੋਇਆ ਵਾ ਤੇ ਜਿਹੜਾ ਉਹਨਾਂ ਦਾ ਇੱਕ ਸਿੰਘ ਮਾਰਿਆ ਗਿਆ ਸੀਗਾ ਭਾਈ ਭੁਪਿੰਦਰ ਸਿੰਘ ਖਾਸੀ ਵਾਲਾ ਜਿਹੜਾ ਖਾਸੀ ਕਲਾਂ ਵਾਲੇ, ਤੇ ਉਹ ਪ੍ਰਿੰਸੀਪਲ ਇਹ ਕਹਿਣ ਡਿਆ ਵਾ ਵੀ ਜਿਹੜਾ ਭਾਈ ਭੁਪਿੰਦਰ ਸਿੰਘ ਸੀਗਾ ਉਹ ਮਿਸ਼ਨਰੀ ਕਾਲਜ ਦਾ ਪੜ੍ਹਿਆ ਸੀਗਾ ਤੇ ਮੇਰਾ ਸਟੂਡੈਂਟ ਸੀ ਤੇ ਮੈਂ ਉਹਨੂੰ ਚੋਲਾ ਪਵਾ ਕੇ ਤੇ ਗੋਲ ਦਸਤਾਰ ਬਣਾ ਕੇ ਤੇ ਮੈਂ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਕੋਲ ਭੇਜਿਆ ਸੀਗਾ ਤੇ ਜੋ ਰਣਜੀਤ ਸਿੰਘ ਢੱਡਰੀਆਂ ਵਾਲਾ ਅੱਜ ਬਦਲਿਆ ਵਾ ਉਹ ਮਿਸ਼ਨਰੀਆਂ ਦੀ ਦੇਣ ਆ ਤੇ ਜਿਹੜਾ ਮੈਂ ਉਹ ਆਪਣਾ ਸਟੂਡੈਂਟ ਭੇਜਿਆ ਸੀ ਭੁਪਿੰਦਰ ਸਿੰਘ ਖਾਸੀ ਕਲਾਂ ਵਾਲਾ ਉਹ ਉਹਦੇ ਵਿਚਾਰਾਂ ਦੇ ਕਹਿਣ ਦੇ ਉੱਤੇ ਹੀ ਬਦਲਿਆ ਵਾ ਤੇ ਕੀ ਕਹਿਣਾ ਚਾਹੋਗੇ ਅੱਜ ਸਿੱਖ ਬਣ ਕੇ ਜਾਂ ਲਿਬਾਸ ਪਾ ਕੇ ਘੁਸ ਫੈਟ ਵਿੱਚ ਕਰ ਰਹੇ ਆ ਤੇ ਸਾਡਾ ਜਿਹੜਾ ਪੰਥਕ ਤੌਰ ਤੇ ਨੁਕਸਾਨ ਕਰ ਰਿਹਾ, ਕੀ ਕਹਿਣਾ ਚਾਹੋਗੇ? ਵੇਖੋ ਕਪਤਾਨ ਸਿੰਘ ਜੀ ਮੇਰੀ ਇੱਕ ਗੱਲ ਸੁਣੋ, ਜਿਹੜਾ ਪ੍ਰਚਾਰਕ ਹੁੰਦਾ ਨਾ ਉਹਦੀ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਜੀ, ਜਿਹੜਾ ਆਮ ਬੰਦਾ ਕੰਮ ਕਰਨ ਵਾਲਾ ਨਾ ਕਿਰਤ ਕਰਨ ਵਾਲਾ ਉਹਦੀ ਉਹਦੀ ਇੱਕ ਗੱਲ ਹੋਰ ਹੁੰਦੀ ਹੈ ਜੀ, ਇੱਕ ਜਿਹੜਾ ਪ੍ਰਚਾਰਕ ਹੈ ਉਹਦਾ ਉਹਦਾ ਧੰਦਾ ਲਾ ਲਓ ਜਾਂ ਉਹਦਾ ਕੰਮ ਲਾ ਲਓ ਜਾਂ ਉਹਦੀ ਡਿਊਟੀ ਲਾ ਲਓ, ਕਿਉਂਕਿ ਅੱਜ ਕੱਲ੍ਹ ਪ੍ਰਚਾਰ ਧੰਦਾ ਬਣਾ ਲਿਆ ਜੀ, ਤੇ ਜਦੋਂ ਖੁਦ ਹੀ ਜਿਹੜੇ ਪ੍ਰਚਾਰਕ ਨੇ ਵੇਖੋ ਵੀ ਅਸੀਂ ਮੈਨੂੰ ਤੇ ਇੱਕ ਸਮਝ ਹੀ ਨਹੀਂ ਆਉਂਦੀ ਵੀ ਜਿਹੜੇ ਮੇਰੇ ਭਰਾ ਕਈ ਗੱਲਾਂ ਨੇ, ਪੂਰੀ ਵੀਡੀਓ ਸੁਣੋ, ਪੂਰੀ ਗੱਲ ਸੁਣੋ, ਉਹ ਵੇਖੋ ਜਿੱਥੇ ਉਹ ਮੈਂ ਪਹਿਲੀਆਂ ਵੀਡੀਓ ਵੀ ਸੁਣੀਆਂ ਨੇ ਸਾਰੀਆਂ ਭਾਈ ਰਣਜੀਤ ਸਿੰਘ ਦੀਆਂ, ਉਹਦੇ ਵਿੱਚ ਉਹ ਕਹਿਣ ਡਿਆ ਵੀ ਜਿਹੜਾ ਬਾਬਾ ਹਰਬੰਸ ਸਿੰਘ ਜੀ ਹੱਥ ਡਿੰਗੇ ਸਨ ਤੇ ਜਦੋਂ ਲਾਈ ਮਿੱਟੀ ਤੇ ਉਹ ਹੱਥ ਸਿੱਧੇ ਹੋ ਗਏ, ਤੇ ਉਹਨੇ ਕਿੰਨੀਆਂ ਜਿਹੜੀਆਂ ਗੱਲਾਂ ਨੇ ਉਹ ਕੀਤੀਆਂ ਤੇ ਹੁਣ
ਇੱਕ ਹੋਰ ਸੀ ਵੀ ਅੱਗੇ ਮਾਤਾ ਜਿਹੜੀ ਗੁਜਰੀ ਹੈ, ਗੁਜਰੀ ਸੀ ਉਹ ਅੱਗੇ ਡੰਡਾ ਲੈ ਕੇ ਖਲੋਤੀ ਰਹੀ ਪਹਿਰੇ ਦੇ ਉੱਤੇ, ਮੇਰਾ ਪਤੀ ਪਰਮੇਸ਼ਰ ਤਪ ਕਰਦਾ ਮੈਂ ਵੇਖੋ। ਅਸੀਂ ਉਹਨਾਂ ਦੇ ਉਦੋਂ ਵੀ ਉਹਨੇ ਲੱਖਾਂ ਰੁਪਇਆ ਇਕੱਠਾ ਕੀਤਾ ਲੋਕਾਂ ਕੋਲੋਂ, ਤੇ ਉਦੋਂ ਬਾਅਦ ਉਹ ਆਉਂਦਾ ਵੀ ਮੈਂ ਹੁਣ ਸੱਚਦਾਰ ਪ੍ਰਚਾਰ ਹੁਣ ਕਰ ਰਿਹਾ, ਵੀ ਪਹਿਲਾਂ ਝੂਠ ਦੇ ਪ੍ਰਚਾਰ ਦੇ ਉੱਤੇ ਵੀ ਲੋਕੀ ਉੱਥੇ ਤੁਰੇ ਰਹੇ, ਤੇ ਅੱਜ ਅਸੀਂ ਦੱਸੋ ਵੀ ਉਹਦੇ ਕਿਹੜੇ ਪ੍ਰਚਾਰ ਨੂੰ ਤੁਸੀਂ ਸੱਚ ਮੰਨ ਸਕਦੇ ਹੋ। ਇਸ ਕਰਕੇ ਜਿਹੜਾ ਪ੍ਰਚਾਰ ਜਿਹੜਾ ਖੁਦ ਹੀ ਉਹ ਜਿਹੜਾ ਅੱਜ ਤੁਲਿਆ ਹੋਇਆ ਇਹਨਾਂ ਗੱਲਾਂ ਦੇ ਉੱਤੇ, ਬਈ ਉਹ ਸਾਰਾ ਕੁਝ ਜਿਹੜਾ ਝੂਠ ਦਾ ਜਿਹੜਾ ਉਹਨੂੰ ਪਿਛਲੇ ਕੀਤੇ ਨੂੰ ਗਲਤ ਦੱਸਦਾ ਪਿਆ, ਤਾਂ ਮੈਨੂੰ ਸਮਝ ਹੀ ਹੋਣ ਆਈ ਹੈ ਵੀ ਪਹਿਲਾਂ ਤੇ ਇਹਦਾ ਮਤਲਬ ਫਿਰ ਸਾਰਾ ਕੁਝ ਗਲਤ ਦੱਸੀ ਗਿਆ। ਤੇ ਕਪਤਾਨ ਸਿੰਘ ਜੀ ਕੀ ਕਰ ਸਕਦੇ ਵੀ ਜਿਹੜੇ ਅੱਜ ਜਿਹੜੇ ਉਹਦੇ ਜਿਹੜੇ ਸਿਰਫ ਕਵੀਆਂ ਦਾ ਵੀ ਅਕਾਲ ਤਖ਼ਤ ਹੀ ਸਾਡਾ ਪਰਮੇਸ਼ਰ ਦੁਆਰ ਹੈ, ਅਕਾਲ ਤਖ਼ਤ ਤੋਂ ਵੀ ਮਨੁੱਕਰ ਹੋ ਰਹੇ ਨੇ, ਆਉਣ ਵਾਲਾ ਸਮਾਂ ਕਿੰਨਾ ਕੁ ਜਿਹੜੀ ਖਾਨਾ ਜੰਗੀ ਜਿਹੜੀ ਮਿੰਤਣਾ ਵੀ ਸਿੱਖ ਕੌਮ ਜਿਹੜੀ ਹੈ ਉਹ ਇਸ ਟਾਈਮ ਪੂਰੀ ਖਾਨਾ ਜੰਗੀ ਵੱਲ ਧੱਕੀ ਜਾ ਰਹੀ ਹੈ। ਤੇ ਇਹਦੇ ਨਾਲ ਜਿਹੜਾ ਇਹ ਭਾਈ ਰਣਜੀਤ ਸਿੰਘ ਦਾ ਨੀ ਸਾਰੀ ਸਿੱਖ ਕੌਮ ਦਾ ਤੇ ਜਿਹੜੇ ਸਿੱਖ ਇਤਿਹਾਸ ਦਾ ਨੁਕਸਾਨ ਕਰ ਰਿਹਾ, ਇਹ ਉਹਦੇ ਲਈ ਚੰਗੀ ਗੱਲ ਨੀ। ਮੈਂ ਤੇ ਉਹਨੂੰ ਇਹ ਬੇਨਤੀ ਕਰਾਂ ਵੀ ਤੁਸੀਂ ਜਿਹੜਾ ਪ੍ਰਚਾਰ ਹੈ ਕੌਮ ਦਾ ਉਹ ਕਰਨਾ ਚਾਹੀਦਾ, ਵੀ ਜੇ ਉਹਨੇ ਜਿਹੜਾ ਭਾਈ ਭੁਪਿੰਦਰ ਸਿੰਘ ਹੈ ਉਹ ਹੁਣ ਅੱਜ ਦੇਖੋ ਜਿਹੜੇ ਇਹ ਮਿਸ਼ਨਰੀ ਨੇ ਭਾਈ ਕਪਤਾਨ ਸਿੰਘ ਜੀ 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 ਇਹ ਜਿਹੜੇ ਨੇ ਇਹ ਸਟੈਪ ਤੇ ਸਟੈਪ ਚੱਲਦੇ ਨੇ, ਇਹ ਵੇਖੋ ਹੁਣ ਇਸ ਗੱਲ ਦੇ ਨਾਲ ਕਿਵੇਂ, ਕਿਉਂਕਿ ਇਹਨਾਂ ਦੇ ਪਿੱਛੇ ਵੀ ਬੜੀਆਂ ਵੱਡੀਆਂ ਤਾਕਤਾਂ ਕੰਮ ਕਰਦੀਆਂ ਟੋਕਰਾ ਜਾਂ ਬਾਣੀ ਨੀ ਹੈਗੀ, ਅਸੀਂ ਇਹਨਾਂ ਠੀਕ ਹੈ ਸਾਰਾ ਦਸਮ ਗ੍ਰੰਥ ਕੂੜ ਦਾ, ਫਿਰ ਤੁਸੀਂ ਨੰਗੇ ਧੜ ਇੱਕ ਥੱਕ ਪੜ੍ਹ ਕੇ ਕਿਉਂ ਨੀ ਗੁਰੂ ਘਰਾਂ ਦੇ ਵਿੱਚ ਉਹਨਾਂ ਦੇ ਵੀ ਦੋ ਘਰ ਬਾਣੀਆਂ ਪੜ੍ਹੋ, ਤੇ ਫਿਰ ਕਿਉਂ ਤੁਸੀਂ ਇਹ ਗੱਲ ਤੇ ਫਿਰ ਮਨੁੱਖ ਹੁੰਦੇ ਹੋ। ਫਿਰ ਜਦੋਂ ਤੁਸੀਂ ਇਸ ਗੱਲ ਦੇ ਉੱਤੇ ਫਿਰ ਇਹਨਾਂ ਦੀ ਸ਼ਰੀਅਤ ਪਤਾ ਲੱਗਦੀ ਹੈ, ਇਹ ਗੱਲ ਇਹ ਕਰਦੇ ਨਹੀਂ, ਤੇ ਬਾਣੀਆਂ ਦੇ ਫਿਰ ਤੁਸੀਂ ਆਖੋ ਵੀ ਜਾਪ ਸਾਹਿਬ ਜਿਹੜਾ ਹੈ ਉਹ ਵੀ ਗੁਰੂ ਦੀ ਕਿਰਤਨੀ ਸਵਾਈਏ ਵੀ ਜਿਹੜੇ ਨੇ, ਜਾਂ ਚੌਪਈ ਸਾਹਿਬ ਤਿੰਨ ਬਾਣੀਆਂ ਕੱਢ ਕੇ ਦੋ ਬਾਣੀਆਂ ਅਮ੍ਰਿਤ ਪਹਿਲੋਂ ਪੰਜ ਜੀ ਬਿਲਕੁਲ ਨਿਤਨੇਮ ਦੀਆਂ ਬਾਣੀਆਂ ਨੇ, ਨਿਤਨੇਮ ਦੀਆਂ ਬਾਣੀਆਂ ਉਹਨੇ, ਅਮਰ ਸੰਚਾਰ ਦੀਆਂ ਬਾਣੀਆਂ ਉਹਨੇ, ਅਰਦਾਸ ਜਿਹੜੀ ਉਹਦੀ ਪਹਿਲੀ ਪੌੜੀ ਦਸਮ ਗ੍ਰੰਥ ਚੋਂ ਆ। ਇਹਨਾਂ ਜਿਹੜੇ ਵਿਰੋਧ ਕਰਦੇ ਨੇ ਉਹ ਇਹ ਤਿੰਨ ਬਾਣੀਆਂ ਨੂੰ ਆਖਣ ਅੱਜ ਇਹ ਪ੍ਰਚਾਰ ਕਰਨ ਖਾਂ, ਫਿਰ ਵੀ ਜੇ ਤਿੰਨ ਦੂਜੀਆਂ ਤਿੰਨ ਬਾਣੀਆਂ ਨਹੀਂ ਪੜ੍ਹਦੀਆਂ ਫਿਰ ਇਹਨਾਂ ਨੂੰ ਪਤਾ ਲੱਗੇ ਪੰਥਰੀ ਨਾਲ ਕੌਮ ਕੀ ਸੰਬੰਧ ਕਰਦਾ। ਭਾਈ ਸਾਹਿਬ ਜੀ ਇਹ ਜਿਹੜੀਆਂ ਸੰਗਤਾਂ ਹੀ ਥੋੜੀਆਂ ਜਿਹੀਆਂ ਅਵੇਅਰ ਕਰਕੇ ਏਦਾਂ ਬੋਲ ਨਹੀਂ ਸਕਦੇ, ਨਹੀਂ ਤੇ ਘਾਟੇ ਇਹ ਨਾ ਕਰਨ, ਕਿਉਂਕਿ ਜਿਵੇਂ ਹੁਣ ਗੁਰੂ ਦੇ ਸਰੋਤ ਨੇ, ਜਿਵੇਂ ਸਰੋਵਰ ਤੇ ਗੁਰੂ ਸਾਹਿਬ ਨੇ ਬਣਾਏ ਨੇ, ਜਾਂ ਤੇ ਸਰੋਵਰ ਬਾਅਦ ਚ ਬਣਾਏ ਹੁਣ ਕਿਸੇ ਟਕਸਾਲ ਨੇ, ਜਾਂ ਕਿ ਸੰਤ ਬਾਬੇ ਨੇ ਸਰੋਵਰ ਪਟਾਏ ਹੁਣ, ਫਿਰ ਤੇ ਚਲੋ ਇਹ ਵਿਰੋਧ ਕਰਨ, ਜੋ ਗੁਰੂ ਸਾਹਿਬ ਦਾ ਦਿੱਤਾ ਸਨਾਦ ਉੱਤੇ ਵਿਰੋਧ ਕਰੀ ਜਾਂਦੇ। ਇੱਕ ਭਾਈ ਬਸੰਤ ਸਿੰਘ ਜੀ ਮੈਂ ਆਪ ਜੀ ਨੂੰ ਕਹਿਣਾ ਚਾਹੁੰਦਾ, ਮੈਂ ਸਵਾਲ ਪੁੱਛਣਾ ਚਾਹੁੰਦਾ, ਜਿਹੜਾ ਉਹ ਪ੍ਰਿੰਸੀਪਲ ਬੋਲਿਆ ਵਾ ਉਹਨੇ ਨਾਲ ਇਹ ਕਿਹਾ ਭਾਈ ਮਰੀਕ ਸਿੰਘ ਦਾ ਨਾਂ ਲੈ ਕੇ ਵੀ ਮੈਂ ਤੁਹਾਨੂੰ ਕਹਿੰਦਾ ਵੀ ਹਥਿਆਰ ਰੱਖੋ, ਲੁਕਾ ਕੇ ਹਥਿਆਰ ਰੱਖੋ, ਤੇ ਪਤਾ ਉਦੋਂ ਹੀ ਲੱਗੇ ਜਦੋਂ ਪਟਾਕੇ ਪੈ ਜਾਣ, ਤੇ ਦੂਜੇ ਬੰਨੇ ਦੂਜਿਆਂ ਨੂੰ ਗੁੰਡੇ ਕਹਿ ਰਹੇ ਆ, ਤੇ ਸਹੀ ਅਰਥਾ ਜੇ ਗੁੰਡਿਆਂ ਵਾਲਾ ਕੰਮ ਆਪ ਕਰ ਰਹੇ ਤਾਂ ਕੀ ਕਹਿਣਾ ਚਾਹੋਗੇ? ਨਹੀਂ ਰੱਖ ਲੈਣ ਹਥਿਆਰ, ਇਹਨਾਂ ਨੂੰ ਕਿਹੜਾ ਡਰ? ਦੇਖੋ ਮੇਰੀ ਗੱਲ ਸੁਣੋ, ਜਿਹੜਾ ਇਹ ਤੇ ਜਾਪ ਸਾਹਿਬ ਜਿਹੜਾ ਹੁੰਦਾ ਵੀ ਸ਼ਸਤਰ ਤੋਂ ਬਿਨਾਂ ਜਿਹੜਾ ਨਰ ਜਿਹੜਾ ਬੰਦਾ ਭੇਟ ਸਮਾਣੇ, ਉਹ ਤਾਂ ਸਾਨੂੰ ਗੁਰੂ ਸਾਹਿਬ ਨੇ ਕਿਹਾ ਸ਼ਸਤਰ ਰੱਖੋ ਜੀ, ਰੱਖਣਾ ਵੀ ਨਹੀਂ, ਇਹਨਾਂ ਚਲਾਣਾ ਵੀ ਇਹਨਾਂ ਨਹੀਂ, ਇਹਨਾਂ ਨੇ ਤੇ ਆਪਣੀ ਜ਼ਬਾਨ ਦੇ ਨਾਲ ਮੂੰਹ ਦੇ ਨਾਲ ਜਿਹੜੀ ਇਹਨਾਂ ਦੀ ਉਹਦੇ ਨਾਲ ਇਹਨਾਂ ਨੇ ਕੌਮ ਦਾ ਬੇੜਾ ਗਰਕ ਕਰਨਾ। ਸ਼ਸਤਰ ਜੇ ਸ਼ਸਤਰ ਚਲਾਣੇ ਹੋਣ ਤੇ ਜਿਹੜੇ ਕੌਮ ਦੇ ਉੱਤੇ ਇੰਨੇ ਹਮਲੇ ਹੋ ਰਹੇ ਨੇ ਜਾਂ ਇੰਨਾ ਕੁਝ, ਉਹ ਤਾਂ ਉੱਧਰ ਦੇ ਨਾਲ ਕੋਈ ਗੱਲ ਨਹੀਂ ਜੀ ਜੀ ਬਿਲਕੁਲ ਸਹੀ ਗੱਲ ਭਾਈ ਬਸੰਤ ਸਿੰਘ ਜੀ ਜੀ ਅਸੀਂ ਜੇ ਵੇਖੋ ਮੇਰੀ ਗੱਲ ਸੁਣੋ, ਅਸੀਂ ਜੇ ਉਹਦੀ ਬੜੀ ਵਧੀਆ ਗੱਲ ਕਰ ਰਹੇ ਵੀ ਠੀਕ ਹੈ ਹਰ ਸਿੱਖ ਨੂੰ ਸ਼ਸਤਰ, ਇਹ ਸੰਤ ਜਰਨੈਲ ਸਿੰਘ ਵੀ ਆਉਂਦੇ ਵੀ ਪਿੰਡ ਵਾਲੇ ਆਪਣੇ ਕੋਲ ਸਿੱਖ ਨੂੰ ਸ਼ਸਤਰ ਰੱਖਣਾ ਚਾਹੀਦਾ, ਸਮਝਿਓ ਜੇ ਹੁਣ ਸ਼ਸਤਰ ਤੇ ਆ ਵੇਖੋ ਹੁਣ ਤੁਸੀਂ ਵੇਖਿਆ ਕਿਵੇਂ ਉੱਥੇ ਕਰਨਾਟਕ ਦੇ ਜਿਹੜੇ ਲਾ ਕੇ ਸ੍ਰੀ ਸਾਹਿਬ ਤੋਂ ਬਖਾਣ ਲੈਣੇ, ਤੇ ਇੱਕ ਦੋ ਪਾਸਿਆਂ ਤੋਂ ਅੱਜ ਕੌਮ ਦੇ ਉੱਤੇ ਹਮਲੇ ਹੋ ਰਹੇ ਨੇ, ਇੱਕ ਇੱਧਰੋਂ
ਇੱਕ ਦੂਜੇ ਪਾਸੇ ਜਿਹੜੇ ਅੱਜ ਸਾਡਾ ਸਿੱਖ ਇਤਿਹਾਸ ਜਿਹੜਾ ਹੈ ਉਹ ਖਤਮ ਕਰਨ ਤੇ ਗੁਰੂ ਜਿਹੜੀ ਗੁਰੂ ਦੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਵੀ ਇਹਨਾਂ ਹੌਲੀ ਹੌਲੀ ਆ ਜਾਣਾ, ਥੋੜਾ ਟਾਈਮ ਤੁਸੀਂ ਵੇਟ ਕਰੋ ਜੀ। ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਜਾਵਾਂ, ਸਰੋਤਿਓ ਮੈਂ ਜਿਹੜੀ ਗੱਲਬਾਤ ਕਰ ਰਿਹਾ ਸਾਂ ਭਾਈ ਬਸੰਤ ਸਿੰਘ ਜੀ ਪੰਜ ਹੱਥਾਂ ਫਰਾਂਸ ਦੇ ਕੌਂਸਲ ਦੇ ਪ੍ਰਧਾਨ, ਉਹਨਾਂ ਦੇ ਨਾਲ ਮੈਂ ਗੱਲਬਾਤ ਕਰ ਰਿਹਾ ਸਾਂ। ਵਿਸ਼ਾ ਸੀਗਾ ਸਾਡਾ ਜਿਹੜਾ ਕਿ ਤੁਸੀਂ ਦੇਖਿਆ ਹੋਏਗਾ ਵੀ ਮਿਸ਼ਨਰੀ ਕਾਲਜ ਦਾ ਪ੍ਰਿੰਸੀਪਲ ਜਿਹੜਾ ਉਹ ਇਹ ਕਹਿ ਰਿਹਾ ਵੀ ਤੁਸੀਂ ਗੋਲ ਦਸਤਾਰਾਂ ਬੰਨ ਲਓ, ਲਿਬਾਸ ਉਹਨਾਂ ਵਾਲਾ ਪਾ ਲਓ ਤੇ ਮਾਲ ਆਪਣਾ ਵੇਚੋ, ਹਥਿਆਰ ਰੱਖੋ ਪਤਾ ਨਾ ਲੱਗੇ ਤੇ ਜਦੋਂ ਖੜਾਕ ਆਵੇ ਉਦੋਂ ਹੀ ਪਤਾ ਲੱਗੇ, ਤੇ ਕਈ ਦੂਜਿਆਂ ਨੂੰ ਗੁੰਡੇ ਜਾਣਾ। ਤੇ ਨਾਲ ਦੀ ਨਾਲ ਉਹ ਇਹ ਗੱਲ ਉਹ ਬੰਦਾ ਇਹ ਕਹਿ ਰਿਹਾ ਵੀ ਸਾਡੇ ਵਾਲਾ ਉਹਨਾਂ ਵਾਲਾ ਲਿਬਾਸ ਪਾ ਕੇ ਤੇ ਵਿੱਚ ਵੜ ਜਾਓ, ਮਾਲ ਆਪਣਾ ਵੇਚੋ, ਨੁਕਸਾਨ ਉਹਨਾਂ ਦਾ ਕਰੋ। ਤੇ ਭਾਈ ਬਸੰਤ ਸਿੰਘ ਜੀ ਮੈਂ ਇੱਕ ਸਵਾਲ ਆਪ ਜੀ ਨੂੰ ਕਰਨਾ ਚਾਹੁੰਦਾ, ਜਿਵੇਂ ਪਿਛਲਿਆਂ ਸਮਿਆਂ ਦੇ ਵਿੱਚ ਜਿਹੜਾ ਸਿੱਖਾਂ ਦਾ ਸੰਘਰਸ਼ ਚੱਲਿਆ, ਖਾੜਕੂ ਸੰਘਰਸ਼ ਜਿਹੜਾ ਚੱਲਿਆ, ਉਸ ਸੰਘਰਸ਼ ਨੂੰ ਸਰਕਾਰ ਨੇ ਆਪਣੀਆਂ ਕਾਲੀਆਂ ਬਿੱਲੀਆਂ ਵਿੱਚ ਵਾੜ ਕੇ, ਸਿੰਘਾਂ ਵਾਲਾ ਲਿਬਾਸ ਉਦਾਂ ਦਾ ਸਾਰਾ ਕੁਛ ਦੇ ਕੇ ਵਾੜ ਕੇ, ਤੇ ਉਸ ਲਹਿਰ ਨੂੰ ਜਿਹੜਾ ਵਾ ਬੜਾ ਨੁਕਸਾਨ ਪਹੁੰਚਾਇਆ ਸੀ, ਤੇ ਇਸੇ ਤਰ੍ਹਾਂ ਹੀ ਉਹ ਪ੍ਰਿੰਸੀਪਲ ਇਹ ਕਹਿ ਰਿਹਾ ਵੀ ਤੁਸੀਂ ਉਹਨਾਂ ਵਾਲਾ ਲਿਬਾਸ ਪਾ ਕੇ ਵਿੱਚ ਵੜ ਕੇ ਮਾਲ ਆਪਣਾ ਵੇਚੋ, ਤੇ ਕੀ ਹੈ ਵੀ ਕਿਤੇ ਕਾਲੀਆਂ ਬਿੱਲੀਆਂ ਵਾਂਗੂ ਵਿੱਚ ਵੜ ਕੇ ਸਾਡਾ ਨੁਕਸਾਨ ਤਾਂ ਨਹੀਂ ਕਰ ਰਹੇ, ਕੀ ਕਹਿਣਾ ਚਾਹੋਗੇ? ਵੇਖੋ ਜੀ ਕਪਤਾਨ ਸਿੰਘ ਜੀ, ਫਿਰ ਮੈਂ ਤੁਹਾਡੀ ਫਿਰ ਗੱਲ ਦੁਬਾਰਾ ਨੂੰ ਟੋਕਣਾ ਵੀ ਜਿਹੜੀਆਂ ਉਹ ਗੱਲਾਂ ਕਰਦਾ ਪਿਆ ਤੇ ਉਹਦੇ ਅੱਜ ਕੈਪਟਨ ਸਾਹਿਬ ਸ਼ਰੇਆਮ ਸਟੇਜਾਂ ਦੇ ਉੱਤੇ ਸਾਡੇ ਭਰਾ ਹੀ ਉਹਨਾਂ ਨੂੰ ਇੱਕ ਗਿੱਦਬਾਜੀ ਦੇ ਨਾਲ ਲਿਆ ਕੇ ਉਹਨਾਂ ਪ੍ਰਚਾਰਕਾਂ ਦੇ ਕੋਲੋਂ ਉਹਨਾਂ ਨੂੰ ਕਰ ਰਹੇ ਨੇ। ਜੇ ਉਹਨਾਂ ਨੇ ਇਹ ਵੇਖਣ ਵਿੱਚ ਆਇਆ ਸੀ ਇੱਕ ਬੰਦਾ ਦੂਜੀ ਗੱਲ ਕਰਦਾ, ਅਸੀਂ ਉਹਦਾ ਵਿਰੋਧ ਕਰਨਾ, ਮੇਰੀ ਨਿਗਾਹ ਤੋਂ ਉਹਦਾ ਵਿਰੋਧ ਕਰਨ ਵਾਸਤੇ ਅਸੀਂ ਖੁਦ ਉਹਨਾਂ ਨੂੰ ਸਟੇਜਾਂ ਦੇ ਉੱਤੇ ਸੱਦ ਸੱਦ ਕੇ, ਇੱਥੇ ਯੂਰਪ ਦੇ ਵਿੱਚ ਲੜਾਈਆਂ ਹੋਣ ਡਈਆਂ ਨੇ ਕੀ ਇੱਥੇ ਸਾਰੇ ਬੰਦੇ ਬੜੇ ਅਮਨ ਮਾਨ ਨਾਲ ਰਹਿ ਰਹੇ ਨੇ, ਤੇ ਜਿਹੜੀਆਂ ਗੱਲਾਂ ਦੀ ਨਹੀਂ ਜ਼ਰੂਰਤ ਉਹ ਗੱਲਾਂ ਨੂੰ ਵਿੱਚ ਛੇੜ ਛੇੜ ਕੇ ਛੱਡ ਛੱਡ ਕੇ ਤੇ ਕੌਮ ਦੇ ਵਿੱਚ ਉਹ ਤੇ ਸ਼ਰੇਆਮ ਅੱਜ ਉਹਨਾਂ ਦੇ ਬੰਦੇ ਜਿਹੜੇ ਨੇ ਉਹ ਇਹ ਤੇ ਹੁਣ ਗੱਲ ਬੜੀ ਲੇਟ ਕਰਦਾ ਪਿਆ, ਪਰ ਉਹਦੇ ਇਹ ਤੇ ਉਹਨਾਂ ਦਾ ਮਿਸ਼ਨ ਜਿਹੜਾ ਬੜੇ ਚਿਰ ਤੋਂ ਚੱਲੂ ਹੈ ਜੀ। ਭਾਈ ਬਸੰਤ ਸਿੰਘ ਜੀ ਆਹ ਗੱਲ ਤੁਸੀਂ ਬਹੁਤ ਜਿਵੇਂ ਸੌ ਹੱਥ ਰੱਸਾ ਸਿਰੇ ਤੇ ਗੰਢ ਵਾਲੀ ਕੀਤੀ ਆ ਵੀ ਅਸਲ ਵਿੱਚ ਇਹ ਲੋਕ ਬੋਲ ਹੀ ਤਾਂ ਰਹੇ ਨੇ ਜਿਹੜਾ ਆਪਸੀ, ਜੇ ਕੁਛ ਸਿੰਘ ਵਿਰੋਧ ਕਰਦੇ ਨੇ ਤੇ ਦੂਸਰੇ ਪਾਸੇ ਉਹ ਕੁਛ ਸਿੰਘ ਉਹਦੀ ਸਪੋਰਟ ਕਰ ਦਿੰਦੇ ਨੇ ਵੀ ਅਸੀਂ ਮਾਨ ਸਨਮਾਨ ਕਰਨ ਲੱਗੇ ਹਾਂ, ਜਿਹਨੇ ਡੱਕਣਾ ਡੱਕ ਲਓ ਜਾਂ ਡੱਕ ਕੇ ਵਿਖਾ ਲਿਓ, ਇਹ ਸਾਡੇ 'ਚ ਵਾਕਈ ਜਿਹੜੀ ਬੜੀ ਘਾਟ ਆ। ਗੱਲ ਟੋਕਣਾ ਵਾ ਵੀ ਵੇਖੋ ਜਦੋਂ ਸੰਘਰਸ਼ ਲੜਿਆ ਗਿਆ ਜਾਂ ਤੁਸੀਂ ਪਿੱਛੇ ਦਾ ਸਿੱਖ ਇਤਿਹਾਸ ਵੇਖ ਲਓ ਜੀ ਕਿੰਨੀਆਂ ਮਿਸਲਾਂ ਵਿੱਚ ਵੱਡੇ ਸਨ, ਸਿੱਖ ਕਿੰਨੇ ਜਥਿਆਂ ਵਿੱਚ ਵੱਡੇ ਸਨ, ਪਰ ਜਦੋਂ ਉਹ ਲੜਦੇ ਤੇ ਦੁਸ਼ਮਣ ਨਾਲ ਸਨ ਜੀ, ਤੇ ਇਸ ਕਰਕੇ ਅੱਜ ਜਿਹੜੇ ਅਸੀਂ ਸਿੱਖ ਹਾਂ ਅਸੀਂ ਉਹਨਾਂ ਨੇ ਸੋਚਿਆ ਵੀ ਇਹ ਸਿੱਖ ਜਿਹੜੇ ਨੇ ਕਿਉਂ ਇਕੱਠੇ ਨੇ, ਇਹਨਾਂ ਦੇ ਵਿੱਚ ਇੱਕ ਬੜੀ ਵੱਡੀ ਗੱਲ ਹੈ ਵੀ ਦੁਸ਼ਮਣ ਜਿਹੜਾ ਹੈ ਉਹ ਉਹਨੂੰ ਕੋਈ ਵੀ ਗੱਲ ਨਹੀਂ ਕਰਨੀ ਪੈਂਦੀ, ਉਹ ਇਹਦਾ ਸਿੱਧਾ ਸਿੱਧਾ ਫਾਇਦਾ ਜਿਹੜਾ ਲੈ ਰਿਹਾ ਬਿਨਾਂ ਕੀਮਤ ਤੋਂ ਉਹਦਾ ਫਾਇਦਾ ਉਠਾ ਰਿਹਾ, ਉਹਨੂੰ ਕੋਈ ਵੀ ਲੜਾਈ ਨਹੀਂ ਲੜਨੀ ਪੈ ਰਹੀ ਹੈ, ਤੁਹਾਡੇ ਦੁਸ਼ਮਣ ਨੂੰ ਕੁਛ ਨਹੀਂ ਕਰਨਾ ਪੈ ਰਿਹਾ, ਉਹ ਇੱਕ ਸਾਈਡ ਦੇ ਉੱਤੇ ਬਹਿ ਕੇ ਉਹ ਤੁਹਾਡਾ ਤੁਹਾਡਾ ਨਜ਼ਰ ਤਮਾਸ਼ਾ ਵੇਖ ਰਿਹਾ ਵੀ ਠੀਕ ਹੈ ਆਪੋ ਵਿੱਚ ਹੀ ਸੀਆ ਦੇ ਸੁਨੀ ਵਾਲਾ ਇਹਨਾਂ ਨੇ ਕੰਮ ਬਣਾਤਾ ਹੈ ਵੀ ਜੇ ਪੰਜਾਬ ਜੇ ਇੱਕ ਪੰਜ ਗੁਰਦੁਆਰੇ ਨੂੰ ਸਾਧੇ ਨੇ ਦੂਜੇ ਪੰਜ ਗੁਰਦੁਆਰੇ ਜਿਹੜੇ ਨੇ ਉਹਦਾ ਵਿਰੋਧ ਕਰਦੇ ਨੇ, ਤੇ ਇਸ ਕਰਕੇ ਜਿਹੜਾ ਇਹ ਆਪੋ ਜੇ ਸਿੱਖਾਂ ਨੂੰ ਜਿਹੜਾ ਜੁੱਤੀਓ ਜੁੱਤੀ ਕਰਾਓ, ਤੇ ਇਹ ਜਿਹੜੇ ਨੇ ਆਪੋ ਵਿੱਚ ਇੱਥੋਂ ਤੀਕਰ ਕਿਉਂਕਿ ਉਹਨਾਂ ਨੂੰ ਪਤਾ ਵੀ ਸਿੱਖ ਕੌਮ ਸਿੱਖ ਕਿੰਨੇ ਕੁ ਜਜ਼ਬਾ ਕਰਨ ਵਾਲੇ ਨੇ, ਤੇ ਉੱਥੇ ਆਪੋ ਵਿੱਚ ਲੜ ਲੜ ਕੇ ਆਪੋ ਜੇ ਨਾ ਤੁਹਾਡੇ ਬਣ ਜਾਣੇ ਨੇ, ਤੇ ਇੱਕ ਇਹ ਗੱਲ ਜਿਹੜੀ ਹੈ ਉਹਦੇ ਵਿੱਚ ਤੁਸੀਂ ਮੇਰੀ ਇੱਕ ਗੱਲ ਸੁਣ ਲਓ, ਮੈਂ ਪਹਿਲੇ ਨੰਬਰ ਤੇ ਸਪਸ਼ਟ ਕਰ ਦਵਾਂ ਵੀ ਜਿਹੜਾ ਤੁਹਾਡੇ ਟੀਵੀ ਨੂੰ ਫੇਸਬੁੱਕ ਤੇ ਨਹੀਂ ਵੇਖ ਰਹੇ ਨੇ, ਅੱਜ ਕਈ ਸੋਚਣਗੇ ਕਿ ਉਹ ਬਸੰਤ ਸਿੰਘ ਜਿਹੜਾ ਹੈ ਇਹ ਕਿਸੇ ਜਥੇਬੰਦੀ ਕਿਸੇ ਧੜੇ ਨਾਲ ਜੁੜਿਆ, ਮੇਰੇ ਵੀਰੋ ਮੈਂ ਗੱਲ ਸੱਚ ਨਹੀਂ ਕਰਨਾ, ਮੇਰਾ ਧੜਾ ਕੋਈ ਨਹੀਂ, ਨਾ ਮੇਰਾ ਕੋਈ ਦੁਸ਼ਮਣ ਹੈ, ਨਾ ਮੈਂ ਕਿਸੇ ਦਾ, ਪਰ ਮੈਂ ਗੱਲ ਸੱਚ ਨਹੀਂ, ਜਿੱਥੇ ਗੁਰੂ ਦੀ ਨਿੰਦਿਆ ਕੋਈ ਕਰੇਗਾ ਗੁਰ ਕੀ ਨਿੰਦਾ ਸੁਣੇ ਨਾ ਕਾਣ, ਮੇਰੀ ਗੱਲ ਸੁਣੋ, ਮੈਂ ਜਿੱਥੇ ਗੱਲ ਜਿਹੜਾ ਸਿੱਖ ਇਤਿਹਾਸ ਪ੍ਰਾਤਾਂ ਨੇ, ਮੇਰੀ ਉਮਰ 50-55 ਸਾਲ ਦੀ ਤੇ 314 ਸਾਲ ਪਹਿਲਾਂ ਹੋ ਗਏ ਖਾਲਸਾ ਪੰਥ ਸਾਜੇ ਨੂੰ,
ਕਿ ਮੈਂ 314 ਸਾਲ ਤੋਂ ਪਹਿਲਾਂ ਮੇਰੇ ਕੋਲ ਵਿਦਵਾਨ ਜੰਮੇ ਨੀ, ਸਿੱਖ ਰਾਜ ਵੀ ਜਿਹੜਾ ਮਹਾਰਾਜ ਸਿੰਘ ਨੇ ਕੀਤਾ, ਤੇ ਉਸ ਤੋਂ ਬਾਅਦ ਕੋਈ ਇਤਿਹਾਸ ਨੂੰ ਬਦਲਣ ਵਾਲਾ ਨੀ। ਮੈਂ ਮੇਰੇ ਮੇਰੇ ਚ ਕੀ ਕਾਂਤ, ਮੇਰੀ ਕੀ ਔਕਾਤ ਹੈ ਵੀ ਮੈਂ ਜਿਹੜੀ ਗੁਰੂ ਦੀ ਕਿਰਤ ਦੇ ਉੱਤੇ ਕਿੰਤੂ ਪਰੰਤੂ ਕਰਾਂ। ਨਾਲੇ ਕਿ ਗੁਰਬਾਣੀ ਵਿੱਚ ਇਹ ਵੀ ਆਉਂਦਾ ਹੈ ਕਿ ਗੁਰ ਕੀ ਕਰਨੀ ਕਾਰ ਕਮਾਵੋ, ਕਹਿਣੀ ਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਤਾਵੋ, ਕਾਹੇ ਤਾਵੋ। ਜੇ ਗੁਰੂ ਦੀ ਕਸਮੱਟੀ ਉੱਤੇ ਪੂਰੇ ਕਰਦੇ ਨੇ, ਫਿਰ ਜਿਹੜਾ ਗੁਰੂ ਦੀ ਕਿਰਤ ਹੈ, ਗੁਰੂ ਦੀ ਜਿਹੜੀ ਕਹਿਣੀ, ਗੁਰੂ ਸਾਹਿਬ ਦੇ, ਹੁਣ ਵੇਖੋ ਇਤਿਹਾਸ ਵੀ ਇਹ ਵੱਖਰੇ ਵੱਖਰੇ, ਉਹਨਾਂ ਦੇ ਪੇਕੇ ਨੇ, ਉਹ ਗੁਰੂ ਸਾਹਿਬ ਦੇ ਜਿਹੜੇ ਵਿਆਹ ਨੇ। ਸਾਨੂੰ ਕੀ ਜ਼ਰੂਰਤ ਹੈ ਜੇ ਗੁਰੂ ਸਾਹਿਬ ਆਪਣੇ ਬੱਚਿਆਂ ਨੂੰ ਸ਼ਹੀਦ ਕਰਵਾ ਸਕਦਾ, ਆਪਣੇ ਪਰਿਵਾਰ ਨੂੰ ਕੌਮ ਦੇ ਉੱਤੋਂ ਵਾਰ ਸਕਦਾ, ਤੇ ਅਸੀਂ ਉਹਦੇ ਜੋਗੇ ਉਹੋ ਜਿਹਾ ਕੋਈ ਕੰਮ ਕਰ ਸਕਦੇ? ਅਸੀਂ ਗੁਰੂ ਦੇ ਬਰਾਬਰ ਆਂ, ਵੀ ਗੁਰੂ ਨੇ ਇੰਨੇ ਕਿ ਉਹ ਜੀ ਕੋਈ, ਅਸੀਂ ਮਾਤਾ ਸਾਹਿਬ ਕੌਰ ਸੀ ਉਹੀ ਮਾਤਾ। ਇਹ ਜਿਹੜੀਆਂ ਬੇਲੋੜੀਆਂ ਗੱਲਾਂ ਨੇ, ਇਹ ਸਾਨੂੰ ਕਰਨ ਦੀ ਕਿਉਂ ਜ਼ਰੂਰਤ ਹੈ ਜਦੋਂ ਕਿ 1430 ਪੰਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਜੇ ਇੱਕ ਸ਼ਬਦ ਦੀ ਵਿਆਖਿਆ ਕਰਨ ਲੱਗੀ ਹੈ, ਤੇ ਕਿੰਨੇ ਕਿੰਨੇ ਦਿਨ ਲੰਘ ਜਾਂਦੇ ਨੇ। ਪਰ ਉਸ ਪਾਸੇ ਨਾਲ ਧਿਆਨ ਨਹੀਂ, ਤੁਸੀਂ ਦੀਵਾਨ ਸੁਣ ਲਓ, 3-2 ਘੰਟੇ ਦਾ ਦੀਵਾਨ ਲਾਣਗੇ, ਤੇ ਇਹ ਉਹਦੇ ਵਿੱਚ ਸਾਰੀ ਜਿਹੜੀ ਨੇ, ਇਹਨਾਂ ਨੇ ਕੋਈ ਗੁਰਬਾਣੀ ਦੀ ਗੱਲ ਨਹੀਂ ਕਰਨੀ। ਜਿਹੜੇ ਪ੍ਰਚਾਰਕ ਗੁਰਬਾਣੀ ਦੀ ਗੱਲ ਕਰਦੇ ਨੇ, ਉਹਨਾਂ ਤੇ ਕੋਈ ਨਾ ਕੋਈ ਇਲਜ਼ਾਮ ਲਾਈ ਜਾਂਦੇ ਨੇ, ਤੇ ਜਿਹੜੇ ਤੇ ਸਵਾਲ ਆਪ ਜੀ ਨੂੰ ਕਰਨਾ ਚਾਹੁੰਦਾ ਵੀ ਕੁਛ ਲੋਕ ਸਾਨੂੰ ਵੰਡ ਰਹੇ ਨੇ ਜਾਂ ਏਦਾਂ ਪਾੜ ਰਹੇ ਨੇ, ਤੇ ਕਿਸ ਤਰੀਕੇ ਦੇ ਨਾਲ ਸਾਨੂੰ ਜਿਹੜਾ ਵਾ ਉਹ ਕਿਸ ਥਰਮਾਮੀਟਰ ਦੇ ਨਾਲ ਪਰਖਿਆ ਜਾਵੇ, ਤੇ ਕਿਸ ਤਰੀਕੇ ਦੇ ਨਾਲ ਆਪਾਂ ਇਕੱਠੇ ਹੋ ਕੇ ਜਿਹੜੀ ਕਿਸੇ ਕੌਮ ਦੀ ਪ੍ਰਾਪਤੀ ਵੱਲ, ਮੰਜ਼ਿਲ ਵੱਲ, ਤੇ ਔਗਣ ਛੱਡ ਕੇ ਸਾਂਝ ਗੁਣਾਂ ਵਾਲੀ ਕਿਵੇਂ ਕਰ ਸਕਦੇ ਹਾਂ, ਕੋਈ ਕੀ ਕਹਿਣਾ ਚਾਹੋਗੇ? ਹੈਲੋ, ਇਹ ਮੈਨੂੰ ਲੱਗਦਾ ਵੀ ਮੇਰੀ ਆਵਾਜ਼ ਜਿਹੜੀ ਆ ਉਹ ਭਾਈ ਬਸੰਤ ਸਿੰਘ ਹੁਣੀ ਸੁਣ ਨਹੀਂ ਪਾਏ, ਸ਼ਾਇਦ ਲੱਗਦਾ ਕੋਈ ਟੈਕਨੀਕਲ ਕੋਈ ਪ੍ਰੋਬਲਮ ਹੋਵੇ। ਮੈਂ ਸਰੋਤਿਆਂ ਨੂੰ ਦੱਸਦਾ ਜਾਵਾਂ ਵੀ ਅਸੀਂ ਜਿਹੜੀ ਗੱਲਬਾਤ ਕਰ ਰਹੇ ਸਾਂ, ਭਾਈ ਬਸੰਤ ਸਿੰਘ ਜੀ ਪੰਜ ਥਾ ਫਰਾਂਸ ਦੇ ਕੌਂਸਲ ਦੇ ਪ੍ਰਧਾਨ, ਉਹਨਾਂ ਦੇ ਨਾਲ ਜਿਹੜੇ ਇਸ਼ੂ 'ਤੇ ਕਰ ਰਹੇ ਸਾਂ, ਜੋ ਕਿ ਮਿਸ਼ਨਰੀ ਕਾਲਜ ਵੱਲੋਂ ਜਿਹੜੀਆਂ ਆਪਣੇ ਪ੍ਰਚਾਰਕਾਂ ਨੂੰ ਸਿੱਖਿਆ ਦਿੱਤੀਆਂ ਜਾ ਰਹੀਆਂ ਸਨ ਵੀ ਤੁਸੀਂ ਜਿਹੜਾ ਵਾ ਦਸਤਾਰਾਂ ਵੀ ਗੋਲ ਬੰਨ ਲਓ, ਚੋਲੇ ਵੀ ਪਾ ਲਓ, ਅਤੇ ਮਾਲ ਆਪਣਾ ਵੇਚੋ, ਉਹਨਾਂ ਦੇ ਵਿੱਚ ਵੜ ਜਾਓ, ਵਿੱਚ ਵੜ ਕੇ ਜਾ ਕੇ ਉਹਨਾਂ ਦਾ ਜਿਹੜਾ ਉਹ ਨੁਕਸਾਨ ਕਰੋ। ਸਾਡਾ ਮਕਸਦ ਸਿਰਫ ਇੰਨਾ ਸੰਗਤਾਂ ਤੱਕ ਮੈਸੇਜ ਪਹੁੰਚਾਉਣਾ ਵੀ ਸੰਗਤ ਨੂੰ ਪਤਾ ਲੱਗ ਸਕੇ ਜਦੋਂ ਕੋਈ ਜ਼ਿਆਦਾ ਗੱਲ ਵਾਪਰ ਜਾਂਦੀ ਆ, ਕਿਤੇ ਖਿੱਚ ਧੂ ਹੋ ਜਾਂਦੀ ਆ, ਜਾਂ ਕਿਸੇ ਦੀ ਦਸਤਾਰ ਲੱਥ ਜਾਂਦੀ ਹੈ, ਜਾਂ ਲਾਈ ਜਾਂਦੀ ਆ, ਉਦੋਂ ਬੜੇ ਲੋਕ ਉੱਠਦੇ ਨੇ ਨਹੀਂ ਜੀ ਇੱਦਾਂ ਨਹੀਂ, ਇੱਦਾਂ ਹੋਣਾ ਚਾਹੀਦਾ। ਹੁਣ ਸਾਨੂੰ ਇਹ ਚੀਜ਼ਾਂ ਸੁਣ ਲੈਣੀਆਂ ਚਾਹੀਦੀਆਂ ਕਿ ਇਹਨਾਂ ਲੋਕਾਂ ਦਾ ਮਕਸਦ ਕੀ ਆ, ਇਹਨਾਂ ਲੋਕਾਂ ਦੀ ਸਪੋਰਟ ਕੌਣ ਕਰ ਰਹੇ ਨੇ, ਇਹਨਾਂ ਲੋਕਾਂ ਦੇ ਮਗਰ ਕੌਣ ਨੇ, ਇਹਨਾਂ ਲੋਕਾਂ ਨੂੰ ਹਲਾਸ਼ਾਰੀ ਸ਼ੇਰੀ ਕਿਹੜੀ ਕੌਣ ਦੇ ਰਿਹਾ। ਅਤੇ ਜਦੋਂ ਵੀ ਕੌਮ ਦੀ ਨੌਜਵਾਨੀ ਉੱਠ ਕੇ ਚੰਗੇ ਪਾਸੇ ਨੂੰ ਜਿਹੜੀ ਤੁਰ ਲੱਗਦੀ ਆ, ਅਤੇ ਇਹ ਲੋਕ ਕਿਵੇਂ ਸਾਡੇ ਵਿੱਚ ਇੱਦਾਂ ਦੇ ਇਸ਼ੂ ਖੜੇ ਕਰ ਦਿੱਤੇ ਨੇ, ਕਰ ਦਿੰਦੇ ਨੇ, ਜਿਹਦੇ ਨਾਲ ਜਿਹੜਾ ਕੌਮ ਦਾ ਧਿਆਨ ਡਿਵਾਈਡ ਹੋ ਜਾਂਦਾ, ਧਿਆਨ ਵੰਡਿਆ ਜਾਂਦਾ, ਅਤੇ ਅਸਲ ਨਿਸ਼ਾਨੇ ਤੋਂ ਅਸੀਂ ਜਿਹੜੇ ਉਹ ਭਟਕ ਜਾਂਦੇ ਨੇ। ਹੁਣ ਵੀ ਜਿਹੜਾ ਉਹ ਸਮਾਂ ਹੈ, ਉਹ June 84 ਦਾ ਹੈ ਜਿਹੜਾ ਘੱਲੂਘਾਰਾ ਮਨਾਇਆ ਜਾ ਰਿਹਾ ਹੈ, ਜਾਂ ਉਹ ਦਿਨ ਸਾਡੇ ਅੰਦਰ ਨੇ ਜਦੋਂ ਸਾਡੇ ਜਿਹੜੇ ਜ਼ਖਮ ਨੇ ਉਹ ਫਿਰ ਹਰੇ ਹੋ ਜਾਂਦੇ ਨੇ, ਜਦੋਂ ਸਾਡੇ ਅੰਦਰ ਜਿਹੜਾ ਜਜ਼ਬਾ ਜਾਂ ਸੰਘਰਸ਼ ਦਾ ਜਿਹੜੇ ਆ ਉਹ ਸੁਚਾਰੂ ਸੋਚ ਪੈਦਾ ਹੋਣ ਲੱਗਦੀ ਆ, ਅਤੇ ਕੁਛ ਲੋਕ ਇੱਦਾਂ ਦੀਆਂ ਦੁਬਧਾ ਪਾ ਕੇ ਅਤੇ ਪੰਥ ਦੇ ਵਿੱਚ ਜਿਹੜਾ ਵਾ ਉਹ ਪੰਥਕ ਤੌਰ 'ਤੇ ਸਾਨੂੰ ਜਿਹੜਾ ਉਹ ਨੁਕਸਾਨ ਪਹੁੰਚਾਉਣਾ ਚਾਹੁੰਦੇ ਨੇ। ਤੁਹਾਡੇ ਕੀ ਵਿਚਾਰ ਨੇ, ਤੁਸੀਂ ਆਪਣੇ ਵਿਚਾਰ ਜਿਹੜੇ ਉਹ ਦੱਸ ਸਕਦੇ ਹੋ। ਸਾਡਾ ਫਰਜ਼ ਇੰਨਾ ਦੁਨੀਆ ਦੀ ਜਿਹੜੀ ਗੱਲ ਹੈ ਵਾਜੇ ਕੌਮ ਟੀਵੀ ਰਾਹੀਂ ਤੁਹਾਡੇ ਤੱਕ ਪਹੁੰਚਾਈ ਜਾ ਸਕੇ। ਤੁਸੀਂ ਵੀ ਸਾਡੇ ਨਾਲ ਕੋਈ ਪ੍ਰੋਗਰਾਮ ਕਰਨਾ ਚਾਹੁੰਦੇ ਹੋ, ਲਾਈਵ ਆਣ ਕੇ ਸਾਡੇ ਨਾਲ ਪ੍ਰੋਗਰਾਮ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਸਾਨੂੰ ਜਿਹੜਾ ਉਹ ਮੈਸੇਜ ਕਰਕੇ ਆਪਣਾ ਸਾਰਾ ਵੇਰਵਾ ਜਿਹੜਾ ਉਹ ਦੱਸ ਸਕਦੇ ਹੋ, ਸਾਡੇ ਨਾਲ ਤੁਸੀਂ ਵੀ ਜਿਹੜਾ ਉਹ ਗੱਲਬਾਤ ਕਰ ਸਕਦੇ ਹੋ। ਵਾਜੇ ਕੌਮ ਟੀਵੀ
ਇੱਕ ਜਿਹੜਾ ਸਹਿ ਉਹ ਤੁਹਾਡਾ ਆਪਣਾ ਅਦਾਰਾ ਹੈ, ਤੁਹਾਡੀ ਆਪਣੀ ਸੋਚ ਹੈ, ਤੁਹਾਡੀ ਗੱਲ ਨੂੰ ਅਸੀਂ ਦੁਨੀਆ ਤੱਕ ਇਸੇ ਤਰ੍ਹਾਂ ਪਹੁੰਚਾਉਂਦੇ ਰਹਾਂਗੇ। ਤੁਸੀਂ ਦੇਖਦੇ ਰਹਿਣਾ, ਵੇਖਦੇ ਰਹਿਣਾ, ਸਾਡਾ ਸਾਥ ਦਿੰਦੇ ਰਹਿਣਾ, ਇੱਦਾਂ ਰਲ ਮਿਲ ਕੇ ਆਪਾਂ ਪੰਥ ਦੀ ਕੌਮ ਦੀ ਜਿਹੜੀ ਗੱਲ ਹੈ, ਜਿਹੜੀ ਵਿਚਾਰ ਹੈ, ਉਹਨੂੰ ਦੁਨੀਆ ਤੱਕ ਪਹੁੰਚਾ ਸਕੀਏ, ਪੰਥ ਦੇ ਮਸਲਿਆਂ ਨੂੰ ਆਪਦੇ ਘਰਾਂ ਤੱਕ ਜਿਹੜਾ ਉਹ ਪਹੁੰਚਾ ਸਕੀਏ। ਸਤਿਗੁਰੂ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਸੋਝੀ ਬਖਸ਼ਿਸ਼ ਕਰਨ, ਸਾਨੂੰ ਸਾਰਿਆਂ ਨੂੰ ਸਮਤ ਬਖਸ਼ਿਸ਼ ਕਰਨ, ਅਤੇ ਆਪਾਂ ਇਕੱਠੇ ਹੋ ਕੇ ਜਿਹੜਾ ਹੈ ਕੌਮ ਨੂੰ ਇਕੱਠਿਆਂ ਕਰਕੇ ਕਿਸੇ ਮੰਜ਼ਿਲ ਵੱਲ ਨੂੰ ਤੁਰ ਸਕੀਏ, ਮੰਜ਼ਿਲ ਤੱਕ ਪਹੁੰਚ ਸਕੀਏ। ਪ੍ਰੋਗਰਾਮ ਕਰਦਿਆਂ ਮੇਰੇ ਕੋਲ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਮੈਂ ਇਹ ਖਿਮਾ ਦਾ ਜਾ ਚੁੱਕਿਆ। ਭਾਈ ਬਸੰਤ ਸਿੰਘ ਪਾਂਝਾ ਥਾ ਜੀ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਅਤੇ ਜਿਹੜੀਆਂ ਸੰਗਤਾਂ ਇਸ ਵੇਲੇ ਸਾਡੇ ਨਾਲ ਜੁੜੀਆਂ ਬੈਠੀਆਂ ਪ੍ਰੋਗਰਾਮ ਦੇਖ ਰਹੀਆਂ, ਉਹਨਾਂ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ। ਮੈਨੂੰ ਦਿਓ ਆਗਿਆ, ਤੁਹਾਡਾ ਆਪਣਾ ਵੀਰ ਕਪਤਾਨ ਸਿੰਘ। ਦੇਖਦੇ ਰਹੋ ਆਵਾਜ਼ੇ ਕੌਮ ਟੀਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।